ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਨੋਟੀਫਿਕੇਸ਼ਨ ਆਈਕਨ। ਭਾਰਤ ਦੀ ਫੌਜ ਨੇ ਹੁਣ ਇੱਕ ਵੱਡਾ ਖੁਲਾਸਾ ਕਰ ਦਿੱਤਾ ਹੈ। ਭਾਰਤੀ ਫੌਜ ਨੇ ਦੱਸਿਆ ਹੈ ਕਿ ਸਰਕਾਰੀ ਆਰਡੀਨੈਂਸ ਫੈਕਟਰੀ ਬੋਰਡ OFB ਤੋਂ ਸਪਲਾਈ ਹੋਣ ਵਾਲਾ ਗੋਲਾ ਬਰੂਦ ਬਹੁਤ ਹੀ ਜ਼ਿਆਦਾ ਘਟੀਆ ਦਰਜ਼ੇ ਦਾ ਹੈ, ਜੋ ਕਿ ਦੇਸ਼ ਦੀ ਸੁਰੱਖਿਆ ਲਈ ਇੱਕ ਵੱਡੀ ਚੁਣੌਤੀ ਹੈ। ਉੱਧਰ ਦੂਸਰੇ ਪਾਸੇ OFB ਦਾ ਦਾਅਵਾ ਹੈ ਕਿ ਕਈ ਟੈਸਟਾਂ ਤੋਂ ਬਾਅਦ ਹੀ ਗੋਲਾ ਬਰੂਦ ਭੇਜਿਆ ਜਾਂਦਾ ਹੈ। ਪੇਸ਼ ਹੈ ਇਸ ਸੰਬੰਧ ਵਿੱਚ ਇੱਕ ਖਾਸ ਰਿਪੋਰਟ। ਭਾਰਤੀ ਫੌਜ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ, ਜੋ ਕਿ ਸਾਰੇ ਭਾਰਤ ਦੇਸ਼ ਦੀ ਨੀਂਦ ਉਡਾ ਦੇਣ ਵਾਲਾ ਹੈ। ਭਾਰਤੀ ਫੌਜ ਨੇ ਸਰਕਾਰੀ ਆਰਡੀਨੈਂਸ ਫੈਕਟਰੀ ਬੋਰਡ OFP ਤੋਂ ਸਪਲਾਈ ਹੋਣ ਵਾਲੇ ਗੋਲਾ ਬਾਰੂਦ ਨੂੰ ਬਹੁਤ ਹੀ ਜ਼ਿਆਦਾ ਘਟੀਆ ਕਿਸਮ ਦਾ ਦੱਸਿਆ ਹੈ। ਇਸ ਦੇ ਨਾਲ ਹੀ ਉਹਨਾਂ ਘਟੀਆ ਬਾਰੂਦ ਨਾਲ ਤੋਪਾਂ, ਜੰਗੀ ਟੈਂਕਾਂ ਅਤੇ ਏਅਰ ਡਿਫੈਂਸ ਗਨ ਤੋਂ ਹੋਣ ਵਾਲੇ ਹਾਦਸਿਆਂ ਦੀ ਵੱਧਦੀ ਗਿਣਤੀ 'ਤੇ ਵੀ ਚਿੰਤਾ ਪ੍ਰਗਟਾਈ ਹੈ। ਸੂਤਰਾਂ ਮੁਤਾਬਕ ਇਹ ਮੁੱਦਾ ਖਾਸ ਤੌਰ 'ਤੇ ਸੁਰੱਖਿਆ ਉਤਪਾਦਨ ਸਕੱਤਰ ਅਜੇ ਕੁਮਾਰ ਦੇ ਸਾਹਮਣੇ ਚੁੱਕਿਆ ਗਿਆ। ਭਾਰਤੀ ਫੌਜ ਵੱਲੋਂ ਕਿਹਾ ਗਿਆ ਹੈ ਕਿ ਘਟੀਆ ਗੋਲਾ ਬਰੂਦ ਦੇ ਚੱਲਦੇ ਪਿਛਲੇ ਕਈ ਸਾਲਾਂ ਤੋਂ ਸੈਨਾ ਦੇ ਕਈ ਪ੍ਰਮੁੱਖ ਹਥਿਆਰਾਂ ਨੂੰ ਨੁਕਸਾਨ ਹੋ ਰਿਹਾ ਹੈ। ਸੈਨਾ ਦੇ ਕਹਿਣ 'ਤੇ ਰੱਖਿਆ ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਕੀਤੀ ਹੈ ਅਤੇ ਇਸ ਜਾਂਚ ਵਿੱਚ ਪਤਾ ਚੱਲਿਆ ਹੈ ਕਿ OFP ਗੋਲਾ ਬਰੂਦ ਦੀ ਕੁਆਲਿਟੀ ਸੁਧਾਰਨ ਲਈ ਗੰਭੀਰ ਨਹੀਂ ਹੈ। ਉੱਧਰ ਦੂਜੇ ਪਾਸੇ OFP ਦਾ ਦਾਅਵਾ ਹੈ ਕਿ ਕੁਆਲਿਟੀ ਕੰਟਰੋਲ ਡਿਪਾਰਟਮੈਂਟ ਡਾਇਰੈਕਟਰ ਜਨਰਲ ਆਫ ਕੁਆਲਿਟੀ ਐਂਸ਼ੋਰੈਂਸ ਨੂੰ ਡੂੰਘੀ ਜਾਂਚ ਤੋਂ ਬਾਅਦ ਹੀ ਸੈਨਾ ਨੂੰ ਗੋਲਾ ਬਰੂਦ ਸਪਲਾਈ ਕੀਤਾ ਜਾਂਦਾ ਹੈ। ਕਈ ਟੈਸਟਾਂ ਤੋਂ ਬਾਅਦ ਹੀ ਗੋਲਾ ਬਰੂਦ ਭੇਜਿਆ ਜਾਂਦਾ ਹੈ। OFB ਦਾ ਕਹਿਣਾ ਹੈ ਕਿ ਉਹਨਾਂ ਦਾ ਕੰਮ ਸਿਰਫ ਗੋਲਾ ਬਰੂਦ ਦੇ ਨਿਰਮਾਣ ਤੋਂ ਸਪਲਾਈ ਤੱਕ ਦਾ ਹੈ ਅਤੇ ਇਸ ਤੋਂ ਬਾਅਦ ਭਾਰਤੀ ਫੌਜ ਉਸ ਨੂੰ ਕਿਸ ਤਰ੍ਹਾਂ ਰੱਖਦੀ ਹੈ ਇਸ ਦੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਸਟਾਰ ਕੈਨੇਡਾ TV ਲਈ ਨਿਊਜ਼ ਡੈਸਕ ਤੋਂ ਹਰਿੰਦਰ ਟਿਵਾਣਾ ਦੀ ਟੀਮ ਵੱਲੋਂ ਨਵੀਂ ਦਿੱਲੀ ਤੋਂ ਬਿਊਰੋ ਰਿਪੋਰਟ।